Paper 4.5, Reading and Reflecting on Text. B.Ed. 4th semester ਦੇ ਵਿੱਚ ਯੂਨਿਟ 1st ਦੈਟ ਇਜ਼ ਲੈਂਗੁਏਜ ਐਂਡ ਲਰਨਿੰਗ ਦੇ ਵਿੱਚ ਬੀ ਪਾਰਟ ਹੈ ਰੋਲ ਆਫ ਹੋਮ ਲੈਂਗੁਏਜ ਇਨ ਕਲਾਸਰੂਮ ਇੰਸਟਰਕਸ਼ਨ। ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਦੇਵਾਂਗੇ। ਜਿਹੜੀ ਲੈਂਗੁਏਜ ਹੈ ਇਹ ਬਹੁਤ ਇੰਪੋਰਟੈਂਟ ਹੈ ਹਰ ਇੱਕ ਲਈ। ਲੈਂਗੁਏਜ ਕਿਸੇ ਵੀ ਬੱਚੇ ਦੀ ਜਿਹੜੀ ਫਿਊਚਰ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮ ਰੋਲ ਅਦਾ ਕਰਦੀ ਹੈ। ਅਤੇ ਜਿਹੜੀ ਹੋਮ ਲੈਂਗੁਏਜ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਬੱਚੇ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਹੋਮ ਲੈਂਗੁਏਜ, ਹੋਮ ਲੈਂਗੁਏਜ ਤੋਂ ਕੀ ਭਾਵ ਹੈ? ਹੋਮ ਲੈਂਗੁਏਜ ਉਹ ਹੈ ਜਿਹੜੀ ਬੱਚਾ ਸਿੱਖਦਾ ਹੈ ਆਪਣੇ ਪਰਿਵਾਰ ਤੋਂ, ਆਪਣੇ ਭੈਣ ਭਰਾ ਤੋਂ, ਮਾਂ ਬਾਪ ਤੋਂ, ਆਪਣੇ ਆਲੇ ਦੁਆਲੇ ਤੋਂ, ਅਤੇ ਆਮ ਤੌਰ 'ਤੇ ਜਿਹੜੀਆਂ ਘਰ ਦੇ ਵਿੱਚ ਇੰਟਰੈਕਸ਼ਨਸ ਹੁੰਦੀਆਂ ਨੇ, ਗੱਲਬਾਤ ਹੁੰਦੀ ਹੈ ਤਾਂ ਉਹ ਉਸੇ ਭਾਸ਼ਾ 'ਚ ਹੁੰਦੀ ਹੈ। ਅਤੇ ਇਸ ਨੂੰ ਕਈ ਵਾਰ ਫੈਮਲੀ ਲੈਂਗੁਏਜ, ਲੈਂਗੁਏਜ ਆਫ ਦਾ ਹੋਮ, ਮਦਰ ਟੰਗ, ਨੇਟਿਵ ਲੈਂਗੁਏਜ, ਇਸ ਤਰ੍ਹਾਂ ਦੇ ਨਾਵਾਂ ਨਾਲ ਵੀ ਇਹ ਜਾਣੀ ਜਾਂਦੀ ਹੈ। ਹੁਣ ਹੈ ਜੀ ਹੋਮ ਲੈਂਗੁਏਜ ਐਂਡ ਮਦਰ ਟੰਗ। ਇਸ ਨੂੰ ਜਿਹੜੀ ਇਹ ਮਦਰ ਟੰਗ ਹੈ ਜਾਂ ਹੋਮ ਲੈਂਗੁਏਜ ਹੈ ਇਸ ਨੂੰ ਬਹੁਤ ਥਾਵਾਂ 'ਤੇ L1 ਨਾਲ ਜਾਣਿਆ ਜਾਂਦਾ ਹੈ। L1, L2 ਬਹੁਤ ਥਾਵਾਂ 'ਤੇ ਤੁਸੀਂ ਲਿਖਿਆ ਦੇਖਿਆ ਹੋਏਗਾ। L1 ਤੋਂ ਭਾਵ ਉਹ ਹੈ ਜਿਹੜੀ ਬੱਚਾ ਨੈਚੁਰਲੀ ਆਪਣੇ ਆਪ ਕੁਦਰਤੀ ਤੌਰ 'ਤੇ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਹੈ ਅਤੇ ਹੌਲੀ ਹੌਲੀ ਜਦੋਂ ਸਕੂਲ ਜਾਂਦਾ ਹੈ ਤਾਂ ਫਾਰਮਲੀ ਆਪਣੇ ਟੀਚਰ ਤੋਂ ਜਾਂ ਕਿਸੇ ਹੋਰ ਵੱਡੇ ਤੋਂ ਫਾਰਮਲੀ ਤੌਰ 'ਤੇ L2 ਸਿੱਖਦਾ, ਮਤਲਬ ਲੈਂਗੁਏਜ 2। ਕੋਈ ਹੋਰ ਮਤਲਬ ਉਹਦੇ ਘਰ ਦੇ ਵਿੱਚ ਆਮ ਤੌਰ 'ਤੇ ਉਹ ਨਹੀਂ ਬੋਲੀ ਜਾਂਦੀ ਕੋਈ ਹੋਰ ਭਾਸ਼ਾ। ਪੰਜਾਬ ਦੀ ਜੇ ਗੱਲ ਕਰੀਏ ਅਸੀਂ ਲੈਂਗੁਏਜ 2 ਨੂੰ ਹਿੰਦੀ ਮੰਨਦੇ ਹਾਂ ਕਿ ਬੱਚੇ ਨੇ ਬਾਹਰ ਜਾ ਕੇ ਹਿੰਦੀ ਸਿੱਖੀ ਜਾਂ ਇੰਗਲਿਸ਼, ਅਤੇ ਉਹ ਜਿਹੜੀਆਂ ਹਿੰਦੀ ਇੰਗਲਿਸ਼ ਭਾਸ਼ਾਵਾਂ ਨੇ ਤਾਂ ਉਹ ਬੱਚਾ ਸਕੂਲ ਜਾ ਕੇ ਫਾਰਮਲੀ ਸਿੱਖਦਾ। ਆਮ ਤੌਰ 'ਤੇ ਘਰ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਅਤੇ ਉਸੇ ਨੂੰ ਅਸੀਂ ਮਦਰ ਟੰਗ ਦੀ ਗੱਲ ਦਾ ਨਾਂ ਦਿੰਦੇ ਹਾਂ। ਅਤੇ ਜੇ ਅਸੀਂ ਕਿਸੇ ਹੋਰ ਪ੍ਰਾਂਤ ਦੀ ਗੱਲ ਕਰੀਏ ਜਾਂ ਹੋਰ ਕਿਸੇ ਅਜਿਹੇ ਘਰ ਦੀ ਗੱਲ ਕਰੀਏ ਜਿੱਥੇ ਘਰ ਦੇ ਵਿੱਚ ਪੰਜਾਬੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਜਿਹੜੀ ਹੈ ਜ਼ਿਆਦਾਤਰ ਬੋਲੀ ਜਾਂਦੀ ਹੈ ਤਾਂ ਉਹੀ ਉਸਦੀ ਮਦਰ ਟੰਗ ਹੋਏਗੀ। ਮੀਨਿੰਗ ਐਂਡ ਡੈਫੀਨੇਸ਼ਨਸ ਆਫ ਮਦਰ ਟੰਗ। ਲਿਓਨਾਰਡ ਬਲੂਮਫੀਲਡ ਨੇ ਇੱਕ ਸਟੇਟਮੈਂਟ ਦਿੱਤੀ, ਉਹ ਕਹਿੰਦਾ ਕਿ ਹੋਮ ਲੈਂਗੁਏਜ ਇਜ਼ ਦਾ ਲੈਂਗੁਏਜ ਅ ਪਰਸਨ ਲਰਨ ਫਰੋਮ ਬਰਥ ਔਰ ਵਿਦ ਇਨ ਦਾ ਕ੍ਰਿਟੀਕਲ ਪੀਰੀਅਡ ਔਰ ਦੈਟ ਅ ਪਰਸਨ ਸਪੀਕਸ ਦਾ ਬੈਸਟ ਐਂਡ ਸੋ ਇਜ਼ ਓਫਨ ਦਾ ਬੇਸਿਸ ਆਫ ਸੋਸ਼ੋ ਲਿੰਗੁਇਸਟਿਕਸ ਲਿੰਗੁਇਸਟਿਕ ਆਈਡੈਂਟੀ। ਜਿਹੜੀ ਮਦਰ ਟੰਗ ਹੈ ਇਹ ਤਾਂ ਹੈ ਕਿ ਬਰਥ ਤੋਂ ਸਿੱਖਦਾ ਹੈ ਅਤੇ ਉਹ ਜਿਹੜਾ ਕੁਝ ਕੁ ਸਮਾਂ ਹੁੰਦਾ ਉਹ ਕੁਝ ਕੁ ਜਿਹੜਾ ਕ੍ਰਿਟੀਕਲ ਪੀਰੀਅਡ ਹੁੰਦਾ ਉਹ ਉਸਦੇ ਵਿੱਚ ਆਪਣਾ ਬੈਸਟ ਆਪਣੀ ਮਾਂ ਬੋਲੀ ਦੇ ਵਿੱਚ ਹੀ ਦੇ ਸਕਦਾ ਹੈ ਅਤੇ ਇਸੇ ਕਰਕੇ ਉਹ ਉਸਦੀ ਜਿਹੜੀ ਆਈਡੈਂਟੀ ਹੈ ਉਹਦਾ ਵੀ ਕਾਰਨ ਬਣਦਾ ਹੈ, ਉਹਦਾ ਵੀ ਬੇਸ ਹੁੰਦਾ, ਆਧਾਰ ਹੁੰਦਾ। ਜਿਹੜੀ ਇਹ ਆਈਡੈਂਟੀ ਹੈ ਮਤਲਬ ਪਛਾਣ ਹੈ, ਅਸੀਂ ਜੇ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਹੈ, 22 ਜ਼ਿਲ੍ਹੇ ਹੈ, ਅਤੇ ਉਹਦੇ ਵਿੱਚ ਜੇਕਰ ਅਸੀਂ ਇੱਕ ਪਟਿਆਲੇ ਰਹਿਣ ਵਾਲਾ ਜਾਂ ਅੰਮ੍ਰਿਤਸਰ ਰਹਿਣ ਵਾਲਾ ਕਿਸੇ ਹੋਰ ਖੇਤਰ ਵਾਲੇ ਨੂੰ ਮਿਲਦਾ, ਮੰਨ ਲਓ ਜਲੰਧਰ ਵਾਲੇ ਨੂੰ ਮਿਲਦਾ, ਤਾਂ ਉਹਦੀ ਭਾਸ਼ਾ ਤੋਂ ਹੀ ਉਸਨੂੰ ਆਈਡੈਂਟੀਫਾਈ ਕਰ ਲੈਂਦਾ ਕਿ ਇਹ ਕਿੱਥੋਂ ਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਉਸਦੀ ਆਈਡੈਂਟੀ ਦਾ ਕਾਰਨ ਵੀ ਬਣਦੀ ਹੈ ਜਿਹੜੀ ਉਸਦੀ ਮਾਂ ਬੋਲੀ ਹੈ, ਠੀਕ ਹੈ। ਆਕਸਫੋਰਡ ਡਿਕਸ਼ਨਰੀ ਦੇ ਵਿੱਚ ਲਿਖਿਆ ਹੈ ਦ ਲੈਂਗੁਏਜ ਵਿੱਚ ਅ ਪਰਸਨ ਹੈਜ਼ ਗਰੋਨ ਅਪ ਸਪੀਕਿੰਗ ਫਰੋਮ ਅਰਲੀ ਚਾਈਲਡਹੁੱਡ। ਜਦੋਂ ਬੱਚਾ ਬਹੁਤ ਛੋਟਾ ਹੈ ਉਦੋਂ ਤੋਂ ਹੀ ਜਿਹੜੀ ਭਾਸ਼ਾ ਉਹ ਬੋਲਣੀ ਸ਼ੁਰੂ ਕਰ ਦਿੰਦਾ ਉਸ ਨੂੰ ਅਸੀਂ ਮਦਰ ਟੰਗ ਕਹਿ ਸਕਦੇ ਹਾਂ।
ਯੂਨੈਸਕੋ ਨੇ ਇੱਕ ਸਟੇਟਮੈਂਟ ਦਿੱਤੀ 2003 'ਚ, ਮਦਰ ਟੰਗ ਔਰ ਮਦਰ ਲੈਂਗੁਏਜ ਰੈਫਰਸ ਟੂ ਅ ਚਾਈਲਡਸ ਫਸਟ ਲੈਂਗੁਏਜ, ਦ ਲੈਂਗੁਏਜ ਲਰਨਡ ਇਨ ਦ ਹੋਮ ਫਰੋਮ ਓਲਡਰ ਫੈਮਿਲੀ ਮੈਂਬਰਸ। ਮਤਲਬ ਬੱਚੇ ਦੇ ਜਿਹੜੇ ਬਜ਼ੁਰਗ ਨੇ, ਵੱਡੇ ਨੇ, ਉਸਦਾ ਫਾਦਰ ਹੋ ਗਿਆ, ਉਸਦੇ ਫਾਦਰ ਦਾ ਫਾਦਰ ਹੋ ਗਿਆ, ਜਾਂ ਉਸਦੇ ਮਦਰ ਦਾ ਫਾਦਰ ਹੋ ਗਿਆ, ਤਾਂ ਜਿਹੜੀ ਬਜ਼ੁਰਗਾਂ ਤੋਂ ਵੱਡਿਆਂ ਤੋਂ ਜਿਹੜੀ ਭਾਸ਼ਾ ਜਿਹੜੀ ਬੱਚਾ ਸਿੱਖਦਾ ਹੈ ਉਹ ਉਹਦੀ ਪਹਿਲੀ ਭਾਸ਼ਾ ਹੁੰਦੀ ਹੈ, ਉਹੀ ਮਦਰ ਟੰਗ ਹੁੰਦੀ ਹੈ। ਹੁਣ ਅਸੀਂ ਗੱਲ ਕਰਨ ਲੱਗੇ ਹਾਂ ਰੋਲ ਐਂਡ ਇੰਪੋਰਟੈਂਸ ਆਫ ਹੋਮ ਲੈਂਗੁਏਜ ਇਨ ਐਜੂਕੇਸ਼ਨ ਔਰ ਇੰਸਟਰਕਸ਼ਨ। ਸਕੂਲ ਦੇ ਵਿੱਚ ਜਿਹੜੀ ਬੱਚਾ ਭਾਸ਼ਾ ਬੋਲਦਾ ਉਹਦੇ ਸਕੂਲ ਨਾਲ ਸੰਬੰਧਿਤ ਹੈ, ਘਰ 'ਚ ਜਿਹੜੀ ਬੱਚਾ ਭਾਸ਼ਾ ਬੋਲਦਾ ਉਹ ਹੋਮ ਲੈਂਗੁਏਜ ਹੈ, ਜਿਹੜੀ ਜਿਹਨੂੰ ਅਸੀਂ ਮਾਂ ਬੋਲੀ ਵੀ ਕਹਿ ਦਿੰਦੇ ਹਾਂ। ਅਸੀਂ ਇਹ ਗੱਲ ਕਰਨ ਲੱਗੇ ਹਾਂ ਕਿ ਉਸਦਾ ਕੀ ਮਹੱਤਵ ਹੈ ਜਿਹੜੀ ਘਰ 'ਚ ਬੋਲੀ ਬੋਲੀ ਜਾਂਦੀ ਹੈ, ਜਿਹੜੀ ਸਕੂਲ ਦੇ ਵਿੱਚ ਉਸਦਾ ਕੀ ਮਹੱਤਵ ਹੋ ਜਾਂਦਾ ਹੈ। ਸਭ ਤੋਂ ਪਹਿਲਾ ਪੁਆਇੰਟ ਹੈ ਜੀ ਐਕੁਜ਼ੀਸ਼ਨ ਆਫ ਨੌਲੇਜ, ਗਿਆਨ ਦੀ ਪ੍ਰਾਪਤੀ। ਜਿਹੜੀ ਮਾਂ ਬੋਲੀ ਹੈ ਚਾਹੇ ਉਹ ਸਿੱਖੀ ਘਰ 'ਚ ਜਾਂਦੀ ਹੈ, ਪਰ ਉਹਨੇ ਸਕੂਲ 'ਚ ਜਾ ਕੇ ਜੋ ਕੁਛ ਵੀ ਸਿੱਖਣਾ ਹੈ, ਜੋ ਕੁਛ ਵੀ ਗਿਆਨ ਹਾਸਿਲ ਕਰਨਾ ਹੈ, ਉਹਦਾ ਬਹੁਤ ਹੀ ਵੱਡਾ ਆਧਾਰ ਜਿਹੜਾ ਹੈ ਉਹ ਉਸਦੀ ਮਦਰ ਟੰਗ ਹੁੰਦੀ ਹੈ। ਨੈਕਸਟ ਇਜ਼ ਐਕਸਪ੍ਰੈਸ਼ਨ ਆਫ ਥੋਟਸ, ਮਤਲਬ ਵਿਚਾਰਾਂ ਦਾ ਪ੍ਰਗਟਾਵਾ। ਵਿਚਾਰਾਂ ਦੇ ਪ੍ਰਗਟਾ ਕਰਨ ਵਾਸਤੇ ਬਹੁਤ ਸਾਰੇ ਢੰਗ ਹੁੰਦੇ ਨੇ, ਠੀਕ ਹੈ। ਐਕਸਪ੍ਰੈਸ਼ਨ ਬਹੁਤ ਅਲੱਗ ਅਲੱਗ ਤਰੀਕਿਆਂ ਨਾਲ ਕੀਤਾ ਜਾ ਸਕਦਾ, ਪਰ ਮਦਰ ਟੰਗ ਇਜ਼ ਦਾ ਮੋਸਟ ਸੂਟੇਬਲ ਇੰਸਟਰੂਮੈਂਟ ਫੋਰ ਇਟ। ਮਾਂ ਬੋਲੀ ਨਾਲ ਜਿਹੜੇ ਐਕਸਪ੍ਰੈਸ਼ਨਸ ਨੇ ਵਿਚਾਰਾਂ ਦੇ ਉਹ ਬਹੁਤ ਵਧੀਆ ਤਰੀਕੇ ਨਾਲ ਐਕਸਪ੍ਰੈਸ ਕੀਤੇ ਜਾ ਸਕਦੇ ਨੇ। ਨੈਕਸਟ ਇਜ਼ ਕਮਾਂਡ ਔਨ ਲੈਂਗੁਏਜ। ਜਿਹੜੀ ਬੱਚੇ ਦੀ ਕਮਾਂਡ ਹੁੰਦੀ ਹੈ ਉਹ ਬਹੁਤ ਹੀ ਕੁਦਰਤੀ ਤਰੀਕੇ ਨਾਲ ਜ਼ਿਆਦਾ ਹੁੰਦੀ ਹੈ। ਕਿਉਂ ਜ਼ਿਆਦਾ ਹੁੰਦੀ ਹੈ? ਕਿਉਂਕਿ ਉਹ ਨੈਚੁਰਲੀ ਬੱਚੇ ਨੇ ਉਹ ਚੀਜ਼ ਜਿਹੜੀ ਹੈ ਉਹ ਸਿੱਖੀ ਜਾਂਦੀ ਹੈ, ਸਿੱਖੀ ਹੁੰਦੀ ਹੈ, ਅਤੇ ਇਸ ਕਰਕੇ ਜਿਹੜੀ ਕੁਦਰਤੀ ਤਰੀਕੇ ਨਾਲ ਜਿਹੜੀ ਬੱਚੇ ਕੋਲ ਆਈ ਹੈ ਤਾਂ ਇਸ ਕਰਕੇ ਉਸਦੀ ਜਿਹੜੀ ਕਮਾਂਡ ਹੈ ਬੱਚੇ ਕੋਲ ਕੰਪੈਰੇਟਿਵਲੀ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਹੈ ਈਜ਼ੀ ਟੂ ਲਰਨ। ਇਹ ਬਹੁਤ ਹੀ ਈਜ਼ੀ ਹੈ। ਅਸਲ 'ਚ ਬੱਚੇ ਨੂੰ ਇਸ ਚੀਜ਼ ਬਾਰੇ ਬਹੁਤਾ ਪਤਾ ਵੀ ਨਹੀਂ ਲੱਗਦਾ ਕਿ ਉਸਨੇ ਕਦੋਂ ਸਿੱਖੀ ਅਤੇ ਕਿਸ ਤਰ੍ਹਾਂ ਸਿੱਖੀ, ਕਿਉਂਕਿ ਘਰ ਦੇ ਵਿੱਚ ਬੱਚਾ ਜਿਹੜਾ ਆਲੇ ਦੁਆਲੇ ਤੋਂ ਸੁਣਦਾ ਅਤੇ ਹੌਲੀ ਹੌਲੀ ਉਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰਦਾ, ਤਾਂ ਸ਼ੁਰੂ ਦੇ ਸਾਲਾਂ ਦੇ ਵਿੱਚ ਉਹ ਕੁਦਰਤੀ ਤੌਰ 'ਤੇ ਆਪਣੀ ਮਾਂ ਬੋਲੀ ਸਿੱਖ ਲੈਂਦਾ। ਸੋ ਇਸ ਕਰਕੇ ਉਹਦੇ ਵਾਸਤੇ ਇਹ ਬਹੁਤ ਹੀ ਸੌਖੀ ਹੁੰਦੀ ਹੈ ਉਸ ਭਾਸ਼ਾ ਨੂੰ ਸਿੱਖਣਾ। ਨੈਕਸਟ ਹੈ ਕਮਿਊਨੀਕੇਸ਼ਨ ਮੀਡੀਅਮ। ਬੱਚੇ ਨੇ ਬਹੁਤ ਸਾਰੇ ਲੋਕਾਂ ਨਾਲ ਕਮਿਊਨੀਕੇਟ ਕਰਨਾ ਹੁੰਦਾ, ਆਪਣੇ ਆਲੇ ਦੁਆਲੇ ਨਾਲ, ਭੈਣ ਭਰਾਵਾਂ ਨਾਲ, ਜਿਹੜੇ ਨੇੜੇ ਕੋਈ ਗੁਆਂਢੀ ਰਹਿੰਦੇ ਉਹਨਾਂ ਨਾਲ, ਕੋਈ ਦੋਸਤਾਂ ਮਿੱਤਰਾਂ ਨਾਲ, ਜਾਂ ਆਪਣੇ ਟੀਚਰਸ ਨਾਲ, ਤਾਂ ਉਹ ਸਭ ਤੋਂ ਬੈਸਟ ਕਮਿਊਨੀਕੇਟ ਕਰਦਾ ਆਪਣੀ ਮਾਂ ਬੋਲੀ ਦੇ ਨਾਲ, ਕਿਉਂਕਿ ਹੁਣੇ ਦੱਸ ਕੇ ਹਟਿਆ ਕਿ ਕੁਦਰਤੀ ਤੌਰ 'ਤੇ ਬੱਚਾ ਉਹ ਸਿੱਖਦਾ। ਸੋ ਇਸ ਕਰਕੇ ਕਮਿਊਨੀਕੇਟ ਕਰਨ ਵਾਸਤੇ ਬੈਸਟ ਜਿਹੜਾ ਉਹਦੇ ਕੋਲ ਮੀਡੀਅਮ ਹੈ ਉਹ ਇਹੀ ਹੈ ਕਿ ਆਪਣੀ ਮਾਂ ਬੋਲੀ ਦੇ ਵਿੱਚ ਉਹ ਕਮਿਊਨੀਕੇਟ ਕਰੇ। ਨੈਕਸਟ ਪ੍ਰੋਵਾਈਡ ਆਈਡੈਂਟੀ। ਹੁਣੇ ਉਦਾਹਰਣ ਵੀ ਦਿੱਤੀ ਸੀ ਪਰ ਚਲੋ ਇੱਕ ਵਾਰ ਫਿਰ ਅਸੀਂ ਗੱਲ ਕਰਦੇ ਹਾਂ ਕਿ ਜੇਕਰ ਇੱਕ ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਮਾਂ ਬੋਲੀ ਵਜੋਂ, ਅਤੇ ਫਿਰ ਵੀ ਜਿਹੜੀਆਂ ਉਪ ਬੋਲੀਆਂ ਨੇ, ਮਤਲਬ ਪੰਜਾਬੀ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਫਰਕ ਆ ਜਾਂਦਾ ਖੇਤਰ ਕਰਕੇ, ਅਤੇ ਇਸ ਕਰਕੇ ਬਹੁਤ ਸੌਖੇ ਤਰੀਕੇ ਨਾਲ ਬੰਦਾ ਆਪਣੀ ਬੋਲੀ ਤੋਂ ਪਛਾਣਿਆ ਜਾਂਦਾ ਕਿ ਉਹ ਕਿੱਥੋਂ ਦਾ ਹੈ, ਠੀਕ ਹੈ। ਦਸਵੀਂ, ਅੱਠਵੀਂ, ਨੌਵੀਂ, ਦਸਵੀਂ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਕਿਹੜੇ ਖੇਤਰ ਦੇ ਲੋਕ ਵਾਹਵੇ ਦੀ ਥਾਂ 'ਤੇ ਬੱਬੇ ਦੀ ਵਰਤੋਂ ਕਰਦੇ ਹੈ, ਵੀਰੇ ਨੂੰ ਬੀਰਾ ਕਹਿ ਕੇ ਬੁਲਾਉਂਦੇ ਹੈ, ਉਹ ਮਾਲਵੇ ਦੇ ਲੋਕ ਹੈ। ਮਾਲਵਾ ਮਤਲਬ ਪਟਿਆਲਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮਾਨਸਾ, ਇਹ ਸਾਰੇ ਖੇਤਰ ਦੇ ਲੋਕ ਜਿਹੜੇ ਹੈ ਉਹ ਮਤਲਬ ਜਦੋਂ ਆਮ ਸਧਾਰਨ ਕੋਈ ਗੱਲਬਾਤ ਕਰਦੇ ਹਾਂ ਤਾਂ ਉਹ ਗੱਲਬਾਤ ਦੇ ਵਿੱਚੋਂ ਪਛਾਣਿਆ ਜਾਂਦਾ ਵੀ ਇਹ ਮਾਲਵੇ ਦੇ ਲੋਕ ਨੇ। ਸੋ ਜਿਹੜੀ ਮਾਂ ਬੋਲੀ ਹੈ ਕਿਸੇ ਦੀ ਉਹ ਬੰਦੇ ਨੂੰ ਪਛਾਣ ਦੇ ਦਿੰਦੀ ਹੈ, ਦੱਸ ਦਿੰਦੀ ਹੈ ਕਿ ਇਹ ਬੰਦਾ ਕਿੱਥੋਂ ਦਾ ਹੈ। ਉਸ ਤੋਂ ਬਾਅਦ ਹੈ ਓਰਿਜਨਲ ਆਈਡੀਆਜ਼।
ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਆਈਡੀਆਜ਼ ਆਉਂਦੇ ਨੇ ਤਾਂ ਓਰਿਜਿਨਲੀ ਉਸਦੀ ਮਾਂ ਬੋਲੀ ਦੇ ਵਿੱਚ ਹੀ ਆਉਂਦੇ ਨੇ। ਇਸ 'ਚ ਕੋਈ ਸ਼ੱਕ ਨਹੀਂ ਕਿ ਬੱਚਾ ਹੌਲੀ ਹੌਲੀ ਸਕੂਲ ਜਾ ਕੇ ਹੋਰ ਭਾਸ਼ਾਵਾਂ ਵੀ ਸਿੱਖਦਾ ਅਤੇ ਲੇਟਰ ਔਨ ਜਦੋਂ ਉਹ ਯੂਨੀਵਰਸਿਟੀ ਪੈਰ ਪਾਉਂਦਾ ਤਾਂ ਉਹ ਜਿਹੜੀ ਇੰਟਰਨੈਸ਼ਨਲ ਤੌਰ 'ਤੇ ਜਾਂ ਕਿਸੇ ਹੋਰ ਦੇਸ਼ ਦੀ ਭਾਸ਼ਾ ਵੀ ਹੈ ਉਹ ਵੀ ਸਿੱਖ ਲੈਂਦਾ। ਪਰ ਜਦੋਂ ਉਸਨੇ ਕੁਛ ਕੋਈ ਚੀਜ਼ ਸੋਚਣੀ ਹੈ, ਕੋਈ ਵਿਚਾਰ ਉਹਦੇ ਦਿਮਾਗ 'ਚ ਆਉਣਾ, ਤਾਂ ਓਰਿਜਿਨਲ ਆਈਡੀਆਜ਼ ਉਸਦੇ ਮਾਂ ਬੋਲੀ 'ਚ ਆਉਂਦੇ ਨੇ। ਉਸ ਤੋਂ ਬਾਅਦ ਹੈ ਜੀ ਇੰਟਲੈਕਚੁਅਲ ਡਿਵੈਲਪਮੈਂਟ। ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਪੜ੍ਹਨਾ, ਨੌਲੇਜ ਨੂੰ ਲੈਣਾ, ਰੀਜ਼ਨਿੰਗ ਕਰਨਾ, ਇਹ ਸਾਰੀਆਂ ਇੰਟਲੈਕਚੁਅਲ ਗੱਲਾਂ ਨੇ, ਇੰਟਲੈਕਚੁਅਲ ਡਿਵੈਲਪਮੈਂਟ ਨਾਲ ਜੁੜੀਆਂ ਹੋਈਆਂ ਨੇ। ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਹੋ ਸਕਦੀਆਂ ਨੇ ਜੇਕਰ ਕਿਸੇ ਦੇ ਕੋਲ ਮਦਰ ਟੰਗ ਹੈ। ਤਾਂ ਜੇਕਰ ਬੱਚੇ ਨੇ ਕੁਛ ਸੋਚਣਾ, ਬੱਚੇ ਨੇ ਕੁਛ ਕੁਸ਼ਚਨ ਕਰਨਾ, ਬੱਚੇ ਦੀ ਜਿਹੜੀ ਰੀਜ਼ਨਿੰਗ ਜਿਹੜੀ ਹੈ ਉਹ ਡਿਵੈਲਪ ਹੋਣੀ ਹੈ, ਉਹ ਮਾਂ ਬੋਲੀ ਦੁਆਰਾ ਹੀ ਡਿਵੈਲਪ ਹੋ ਸਕਦੀ ਹੈ। ਜਦੋਂ ਬੱਚਾ ਬਹੁਤ ਛੋਟਾ ਹੈ, ਉਸਨੇ ਜਿਹੜੇ ਛੋਟੇ ਮੋਟੇ ਸਵਾਲ ਪੁੱਛਦਾ, ਜਦੋਂ ਬੱਚਾ ਸੈਰ ਕਰ ਰਿਹਾ, ਤੁਰ ਫਿਰ ਰਿਹਾ, ਕੋਈ ਚੰਦਰਮਾ ਬਾਰੇ ਸਵਾਲ ਪੁੱਛਦਾ, ਸੂਰਜ ਬਾਰੇ ਸਵਾਲ ਪੁੱਛਦਾ, ਹਵਾ ਬਾਰੇ ਸਵਾਲ ਪੁੱਛਦਾ, ਤਾਂ ਉਹ ਆਪਣੀ ਮਾਂ ਬੋਲੀ ਨੂੰ ਵਰਤ ਕੇ ਹੀ ਪੁੱਛੇਗਾ। ਨੈਕਸਟ ਇਜ਼ ਇਮੋਸ਼ਨਲ ਡਿਵੈਲਪਮੈਂਟ। ਇਮੋਸ਼ਨਲ ਡਿਵੈਲਪਮੈਂਟ ਹੁੰਦੀ ਹੈ ਕਿ ਜਦੋਂ ਵੀ ਅਸੀਂ ਕੋਈ ਲਿਟਰੇਚਰ ਦਾ ਕੋਈ ਵੀ ਪਾਰਟ ਪੜ੍ਹਦੇ ਹਾਂ, ਮੰਨ ਲਓ ਪੋਇਟਰੀ ਕੋਈ ਪੜ੍ਹਦੇ ਹਾਂ, ਤਾਂ ਅਸੀਂ ਉਸ ਦੇ ਵਿੱਚ ਛਿਪੇ ਹੋਏ ਜਿਹੜੇ ਇਮੋਸ਼ਨਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਜਦੋਂ ਬੱਚਾ ਬਹੁਤ ਛੋਟਾ ਹੈ, ਉਸਨੂੰ ਕਵਿਤਾਵਾਂ ਤਾਂ ਹੀ ਪੜ੍ਹਾਈਆਂ ਜਾਂਦੀਆਂ ਕਿ ਉਸਦੇ ਇਮੋਸ਼ਨਸ ਵਿਕਸਿਤ ਹੋ ਸਕਣ, ਉਹਦੀ ਇਮੋਸ਼ਨਲ ਡਿਵੈਲਪਮੈਂਟ ਹੋ ਸਕੇ। ਉਹ ਤਾਂ ਹੀ ਸੰਭਵ ਹੈ ਜੇਕਰ ਬੱਚਾ ਉਸ ਕਵਿਤਾ ਨੂੰ ਸਮਝੇਗਾ, ਅਤੇ ਉਹ ਕਵਿਤਾ ਨੂੰ ਤਾਂ ਹੀ ਸਮਝੇਗਾ ਜੇਕਰ ਉਸਦੀ ਮਦਰ ਟੰਗ ਦੇ ਵਿੱਚ ਹੈ, ਤਾਂ ਮਦਰ ਟੰਗ ਦੇ ਵਿੱਚ ਉਹ ਜਿਹੜੀ ਕੋਈ ਵੀ ਪੋਇਟਰੀ ਹੈ ਉਸਨੂੰ ਚੰਗੀ ਤਰ੍ਹਾਂ ਸਮਝ ਸਕਦਾ। ਕ੍ਰੀਏਟੀਵਿਟੀ, ਕ੍ਰੀਏਟੀਵਿਟੀ ਕਿਸੇ ਬੱਚੇ ਨੇ ਜੇਕਰ ਕੁਛ ਕ੍ਰੀਏਟ ਕਰਨਾ, ਕੁਛ ਨਵਾਂ ਕੁਛ ਲਿਖਣਾ, ਕੁਛ ਬੋਲਣਾ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਉਹ ਵੀ ਤਾਂ ਹੀ ਸੰਭਵ ਹੁੰਦਾ, ਵਧੀਆ ਤਰੀਕੇ ਨਾਲ ਸੰਭਵ ਹੁੰਦਾ ਜੇਕਰ ਉਹ ਮਾਂ ਬੋਲੀ ਦੇ ਵਿੱਚ ਹੈ। ਕਲਚਰਲ ਡਿਵੈਲਪਮੈਂਟ, ਕਲਚਰਲ ਡਿਵੈਲਪਮੈਂਟ ਇੱਕ ਯੂਨੈਸਕੋ ਦੀ ਪਰਿਭਾਸ਼ਾ, ਯੂਨੈਸਕੋ ਨੇ ਕਿਹਾ ਦ ਕਲਚਰ ਐਂਡ ਪਰਸਨੈਲਿਟੀ ਆਫ ਦ ਇੰਡੀਵਿਜੁਅਲ ਆਰ ਰਿਫਲੈਕਟਿਡ ਇਨ ਹਿਸ ਲੈਂਗੁਏਜ। ਮਤਲਬ ਬੰਦੇ ਦੀ ਜਿਹੜੀ ਵੀ ਪਰਸਨੈਲਿਟੀ ਹੈ ਉਹ ਤਾਂ ਹੀ ਅਤੇ ਕਲਚਰ, ਪਰਸਨੈਲਿਟੀ ਅਤੇ ਕਲਚਰ ਬਹੁਤ ਹੀ ਵਧੀਆ ਤਰੀਕੇ ਨਾਲ ਰਿਫਲੈਕਟ ਹੁੰਦੇ ਨੇ ਲੈਂਗੁਏਜ ਦੇ ਵਿੱਚੋਂ, ਉਸਦੀ ਭਾਸ਼ਾ ਦੇ ਵਿੱਚੋਂ। ਸੋ ਇਸ ਤਰ੍ਹਾਂ ਕਲਚਰਲ ਡਿਵੈਲਪਮੈਂਟ ਲਈ ਵੀ ਜਿਹੜੀ ਉਸਦੀ ਮਾਂ ਬੋਲੀ ਹੈ ਇਹ ਬਹੁਤ ਜ਼ਰੂਰੀ ਹੈ। ਹੁਣ ਅਸੀਂ ਗੱਲ ਕਰਨ ਲੱਗੇ ਹਾਂ ਰੋਲ ਆਫ ਹੋਮ ਲੈਂਗੁਏਜ ਇਨ ਕਲਾਸਰੂਮ ਇੰਸਟਰਕਸ਼ਨਸ। ਮਤਲਬ ਸਕੂਲ ਦੇ ਵਿੱਚ ਜਿਹੜੇ ਬੱਚੇ ਦੀ ਲਰਨਿੰਗ ਹੋਣੀ ਹੈ, ਬੱਚੇ ਨੇ ਕੁਛ ਸਿੱਖਣਾ, ਤਾਂ ਜਿਹੜੀ ਉਹਨੇ ਘਰ ਤੋਂ ਸਿੱਖੀ ਹੋਈ ਜਿਹੜੀ ਮਾਂ ਬੋਲੀ ਹੈ ਤਾਂ ਉਹਦੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਰੋਲ ਅਦਾ ਕਰਦੀ ਹੈ। ਹੁਣ ਤੋਂ ਜਿਹੜੇ ਪਹਿਲਾਂ ਅਸੀਂ ਪੁਆਇੰਟਸ ਕੀਤੇ ਸੀਗੇ ਰੋਲ ਐਂਡ ਇੰਪੋਰਟੈਂਸ ਆਫ ਹੋਮ ਲੈਂਗੁਏਜ ਇਨ ਐਜੂਕੇਸ਼ਨ ਜਾਂ ਇੰਸਟਰਕਸ਼ਨ, ਤਾਂ ਨੋਰਮਲੀ ਜਿਹੜੀ ਹੋਮ ਲੈਂਗੁਏਜ ਹੈ ਉਸਨੂੰ ਕੁਛ ਵੀ ਸਿੱਖਣ ਦੇ ਵਿੱਚ ਕਿਸ ਤਰ੍ਹਾਂ ਹੈਲਪ ਕਰਦੀ ਹੈ। ਹੁਣ ਖਾਸ ਤੌਰ 'ਤੇ ਅਸੀਂ ਗੱਲ ਕਰਨ ਲੱਗੇ ਹਾਂ ਕਿ ਕਲਾਸਰੂਮ ਇੰਸਟਰਕਸ਼ਨ, ਕਲਾਸ ਦੇ ਵਿੱਚ ਜੋ ਉਸਨੂੰ ਪੜ੍ਹਾਇਆ ਜਾਂਦਾ ਤਾਂ ਉਸਦੀ ਹੋਮ ਲੈਂਗੁਏਜ ਜਿਹੜੀ ਹੈ ਉਹ ਕਿਸ ਤਰ੍ਹਾਂ ਰੋਲ ਅਦਾ ਕਰਦੀ ਹੈ। ਫਸਟ ਹੈ ਡਿਫਰੈਂਟ ਰੋਲਸ। ਜਿਹੜੀ ਹੋਮ ਲੈਂਗੁਏਜ ਹੈ ਜਾਂ ਮਦਰ ਟੰਗ ਹੈ ਉਸਦੇ ਬਹੁਤ ਸਾਰੇ ਅਲੱਗ ਅਲੱਗ ਰੋਲ ਹੁੰਦੇ ਨੇ। ਇੱਕ ਹੈ ਰਿਸੈਪਟਿਵ ਰੋਲ, ਮਤਲਬ ਉਸਨੇ ਕੁਛ ਜਵਾਬ ਦੇਣਾ, ਸੋਰੀ ਜਵਾਬ ਦੇਣਾ ਨਹੀਂ, ਰਿਸੀਵ ਕਰਨਾ। ਕੋਈ ਉਸਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਤਾਂ ਉਸਨੇ ਉਹ ਚੀਜ਼ ਸੁਣਨੀ ਹੈ ਚੰਗੀ ਤਰ੍ਹਾਂ। ਉਸਨੂੰ ਕੁਝ ਕਿਹਾ ਜਾਂਦਾ ਤਾਂ ਉਸਨੇ ਚੰਗੀ ਤਰ੍ਹਾਂ ਮਤਲਬ ਉਹ ਚੀਜ਼ ਲੈਣੀ ਹੈ, ਉਸ ਚੀਜ਼ ਨੂੰ ਸਮਝਣਾ, ਤਾਂ ਜਿਹੜੀ ਭਾਸ਼ਾ ਹੈ ਉਸਦੀ, ਜਿਹੜੀ ਉਹਦੀ ਮਾਂ ਬੋਲੀ ਹੈ ਉਸਦਾ ਬਹੁਤ ਜ਼ਿਆਦਾ ਯੋਗਦਾਨ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਐਕਸਪ੍ਰੈਸਿਵ ਰੋਲ। ਮਤਲਬ ਬੱਚੇ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰਨਾ, ਫੀਲਿੰਗਸ ਨੂੰ ਐਕਸਪ੍ਰੈਸ ਕਰਨਾ, ਭਾਵੇਂ ਉਹ ਬੋਲ ਕੇ ਕਰੇ ਭਾਵੇਂ ਉਹ ਲਿਖ ਕੇ ਕਰੇ, ਉਹ ਬਿਲਕੁਲ ਕਲੀਅਰ, ਕੋਰੈਕਟ ਅਤੇ ਇਫੈਕਟਿਵ ਤਾਂ ਹੀ ਕਰ ਸਕਦਾ ਜੇਕਰ ਆਪਣੀ ਮਾਂ ਬੋਲੀ ਦੇ ਵਿੱਚ ਕਰਦਾ। ਉਸ ਤੋਂ ਬਾਅਦ ਹੈ ਐਪਰੀਸ਼ੀਏਟਿਵ ਐਂਡ ਕ੍ਰਿਟੀਕਲ ਰੋਲ। ਮਤਲਬ ਜੇਕਰ ਬੱਚੇ ਨੇ ਕਿਸੇ ਤਰ੍ਹਾਂ ਐਪਰੀਸ਼ੀਏਟ ਕਰਨਾ, ਬਿਊਟੀ ਆਲੇ ਦੁਆਲੇ ਉਹਦੇ ਬਹੁਤ ਸਾਰੀ ਬਿਊਟੀ ਹੈ, ਉਸਨੂੰ ਐਕਸਪ੍ਰੈਸ ਕਰਨਾ, ਉਹਦੇ ਬਾਰੇ ਦੱਸਣਾ ਕਿ ਵੀ
ਕਿਸੇ ਦੀ ਤਾਰੀਫ ਕਰਨੀ ਚਾਹੁੰਦਾ, ਉਹ ਕਿਸੇ ਵੀ ਚੀਜ਼ ਦੀ ਤਾਰੀਫ ਕਰਨੀ ਚਾਹੁੰਦਾ ਤਾਂ ਉਹ ਆਪਣੀ ਮਾਂ ਬੋਲੀ ਨੂੰ ਵਰਤ ਕੇ ਹੀ ਉਸ ਬਾਰੇ ਦੱਸ ਸਕੇਗਾ। ਕ੍ਰੀਏਟਿਵ ਰੋਲ, ਉਸਨੇ ਕੁਛ ਇਮੈਜੀਨੇਟਿਵ, ਕੁਛ ਕ੍ਰੀਏਟਿਵ ਕਰਨਾ ਹੈ, ਕੁਛ ਨਵਾਂ ਕਰਨਾ ਹੈ ਤਾਂ ਵੀ ਉਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਵਧੀਆ ਤਰੀਕੇ ਨਾਲ ਕਰ ਪਾਏਗਾ। ਦੈਨ ਇੰਸਟਰੂਮੈਂਟ ਫੋਰ ਇੰਟਰੈਕਸ਼ਨ, ਉਸਨੇ ਬਹੁਤ ਸਕੂਲ ਦੇ ਵਿੱਚ ਇੰਟਰੈਕਟ ਕਰਨਾ ਹੈ ਆਪਣੇ ਟੀਚਰਸ ਨਾਲ ਵੀ, ਆਪਣੇ ਜਿਹੜੇ ਫਰੈਂਡਸ ਹੋਣਗੇ ਜਿਹੜੇ ਉਹਦੇ ਨਾਲ ਬੈਠਦੇ ਆ ਉਹਨਾਂ ਨਾਲ ਵੀ, ਤਾਂ ਉਹਨਾਂ ਨਾਲ ਇੰਟਰੈਕਸ਼ਨ ਕਰਨ ਵਾਸਤੇ ਵੀ ਜਿਹੜੀ ਉਸਦੀ ਮਦਰ ਟੰਗ ਹੈ ਇਹ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਬਹੁਤ ਵਧੀਆ ਇੰਸਟਰੂਮੈਂਟ ਹੈ, ਬਹੁਤ ਵਧੀਆ ਮੀਡੀਅਮ ਹੈ ਜਿਹਦੇ ਜ਼ਰੀਏ ਉਹ ਹੋਰਾਂ ਨਾਲ ਗੱਲਬਾਤ ਕਰ ਸਕਦਾ ਹੈ। ਨੈਕਸਟ, ਲਰਨਿੰਗ ਅਦਰ ਲੈਂਗੁਏਜ, ਕੋਈ ਵੀ ਭਾਸ਼ਾ ਹਮੇਸ਼ਾ ਕਿਸੇ ਦੀ ਮਦਰ ਟੰਗ ਹੈਲਪ ਕਰਦੀ ਹੈ ਕਿਸੇ ਹੋਰ ਭਾਸ਼ਾ ਨੂੰ ਸਿੱਖਣ ਦੇ ਵਿੱਚ। ਜੇ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਬੱਚਾ ਜਨਮ ਲੈਂਦਾ, ਜਨਮ ਤੋਂ ਬਾਅਦ ਆਪਣੇ ਆਲੇ ਦੁਆਲੇ ਤੋਂ ਜ਼ਿਆਦਾਤਰ ਪੰਜਾਬੀ ਸੁਣਦਾ ਅਤੇ ਪੰਜਾਬੀ ਸਿੱਖਦਾ, ਅਤੇ ਹੌਲੀ ਹੌਲੀ ਜਦੋਂ ਉਹ ਟੀ ਵੀ ਦੇਖਦਾ ਜਾਂ ਸਕੂਲ ਜਾਂਦਾ ਜਿੱਥੇ ਉਹਦਾ ਵਾਹ ਵਾਸਤਾ ਹਿੰਦੀ ਨਾਲ ਪੈਂਦਾ, ਮੰਨ ਲਓ ਅਸੀਂ ਹਿੰਦੀ ਅਤੇ ਇੰਗਲਿਸ਼ ਦੀ ਗੱਲ ਕਰ ਲਈਏ, ਤਾਂ ਹਿੰਦੀ ਅਤੇ ਇੰਗਲਿਸ਼ ਸਿੱਖਣ ਦੇ ਵਿੱਚ ਵੀ ਜਿਹੜੀ ਉਹਦੀ ਮਦਰ ਟੰਗ ਹੈ ਉਸਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਨੈਕਸਟ, ਬੇਸਿਸ ਫੋਰ ਫਿਊਚਰ ਲਾਈਫ ਐਂਡ ਲਰਨਿੰਗ, ਜਦੋਂ ਬੱਚੇ ਦਾ ਬਰਥ ਹੀ ਹੋਇਆ, ਬਰਥ ਤੋਂ ਨਾਲ ਦੀ ਨਾਲ ਉਸਨੇ ਮਾਂ ਬੋਲੀ ਸਿੱਖਣੀ ਸ਼ੁਰੂ ਕਰ ਦਿੱਤੀ, ਤਾਂ ਇਹ ਤਾਂ ਕੁਦਰਤੀ ਤੌਰ 'ਤੇ, ਮਾਂ ਬੋਲੀ ਤਾਂ ਕੁਦਰਤੀ ਤੌਰ 'ਤੇ ਉਸਨੇ ਸਿੱਖ ਹੀ ਲੈਣੀ ਹੈ, ਪਰ ਫਿਊਚਰ ਦੇ ਵਿੱਚ ਜਿੰਨੀ ਵੀ ਲਰਨਿੰਗ ਉਸਦੀ ਹੋਣੀ ਹੈ ਉਹ ਮਾਂ ਬੋਲੀ ਦੇ ਜ਼ਰੀਏ ਹੀ ਹੋਣੀ ਹੈ, ਕਿਉਂਕਿ ਉਸਨੇ ਸੋਚਣਾ ਵੀ ਆਪਣੀ ਮਾਂ ਬੋਲੀ ਦੇ ਵਿੱਚ ਹੀ ਹੈ। ਕਲਚਰਲ ਰੋਲਸ ਆਫ ਮਦਰ ਟੰਗ, ਹੁਣ ਜਿਹੜਾ ਜਿਹੜਾ ਕਲਚਰ ਹੈ ਉਹ ਹਰ ਇੱਕ ਦਾ ਵੱਖੋ ਵੱਖਰਾ ਹੈ, ਤਾਂ ਕਿਸ ਤਰ੍ਹਾਂ ਜਿਹੜੀ ਮਤਲਬ ਇਸਦਾ ਕਲਚਰਲ ਰੋਲ ਕਿੱਦਾਂ ਮਦਰ ਟੰਗ ਦਾ, ਇੱਕ ਤਾਂ ਇਹ ਕਨੈਕਟ ਕਰਦੀ ਹੈ ਸਾਡੀਆਂ ਜੜ੍ਹਾਂ ਨਾਲ, ਸਾਡੀਆਂ ਰੂਟਸ ਨਾਲ, ਠੀਕ ਹੈ। ਸਾਨੂੰ ਸਾਡੇ ਕਲਚਰ ਦਾ ਵੀ ਤਾਂ ਹੀ ਪਤਾ ਲੱਗਦਾ ਹੈ ਸਾਡੀ ਮਦਰ ਟੰਗ ਦੇ ਜ਼ਰੀਏ ਹੀ, ਵੀ ਸਾਡਾ ਕਲਚਰ ਕੀ ਹੈ ਸਾਨੂੰ ਸਾਡੀ ਮਾਂ ਬੋਲੀ ਤੋਂ ਹੀ ਪਤਾ ਲੱਗਦਾ। ਇਸ ਤੋਂ ਇਲਾਵਾ ਜੇਕਰ ਅਸੀਂ ਹੋਰਾਂ ਦੇ ਕਲਚਰ ਨੂੰ ਸਮਝਣਾ ਹੈ, ਹੋਰਾਂ ਦੀ ਲੈਂਗੁਏਜਿਸ ਨੂੰ ਸਮਝਣਾ ਹੈ, ਤਾਂ ਵੀ ਅਸੀਂ ਮਾਂ ਬੋਲੀ ਦੇ ਜ਼ਰੀਏ ਹੀ ਸਮਝ ਸਕਦੇ ਹਾਂ, ਠੀਕ ਹੈ। ਜਿਹੜੀ ਅਸੀਂ ਸਾਡਾ ਆਲਾ ਦੁਆਲਾ ਹੈ, ਅਸੀਂ ਆਪਣੇ ਆਲੇ ਦੁਆਲੇ ਨੂੰ ਸਮਝਣਾ ਚੰਗੀ ਤਰ੍ਹਾਂ, ਆਲੇ ਦੁਆਲੇ ਦੇ ਲੋਕਾਂ ਬਾਰੇ ਸਮਝਣਾ, ਇਹ ਵੀ ਅਸੀਂ ਮਦਰ ਟੰਗ ਦੇ ਜ਼ਰੀਏ ਹੀ ਸਮਝ ਸਕਦੇ ਹਾਂ। ਥੈਂਕ ਯੂ। A mediocre teacher explains, a good teacher demonstrates, and a great teacher inspires. A journey which began over 100 years ago, this is the story of Guru Har Gobind Sahib Khalsa College, also known as the Wonder in Rural Hinterland. ਜਰਨੈਲ ਸਿੰਘ ਗਿੱਲ, ਮੈਂ ਇੱਥੋਂ ਦਾ ਜੰਮਪਲ ਹਾਂ ਔਰ ਇੱਥੇ ਹੀ ਸਕੂਲਿੰਗ ਹੈ ਮੇਰੀ। ਮੈਂ ਇਹਨਾਂ ਹੀ ਗਰਾਊਂਡਾਂ 'ਚ ਖੇਡਿਆ, ਇਹਨਾਂ ਹੀ ਕਮਰਿਆਂ ਦੇ ਵਿੱਚ ਪੜ੍ਹਿਆ ਹੈਗਾ। ਇਹਨਾਂ ਦੀ ਕਮਰਿਆਂ ਦੀ ਰਿਪੇਅਰ ਜਦੋਂ ਹੁੰਦੀ ਸੀ ਛੱਤਾਂ ਵਗੈਰਾ ਦੀ, ਅਤੇ ਅਸੀਂ ਆਪਣੇ ਹੱਥਾਂ ਨਾਲ ਉਹਦੇ ਵਿੱਚ ਕ੍ਰੈਸ਼ਰ ਪਾਉਂਦੇ ਸੀ, ਸੀਮੈਂਟ ਪਾਉਂਦੇ ਸੀ, ਇੱਟਾਂ ਫੜਾਉਂਦੇ ਸੀ। ਯੂ ਕਾਂਟ ਥਿੰਕ ਆਫ ਕਿਹੜੀ ਸਟੇਜ ਤੋਂ ਅਸੀਂ ਕਿਹੜੀ ਸਟੇਜ ਤੱਕ ਆ ਗਏ। ਸਾਹਿਬ ਬਖਤਾਵਰ ਸਿੰਘ ਗਿੱਲ ਜਿਹੜੇ ਪ੍ਰੈਜ਼ੀਡੈਂਟ ਰਹੇ ਇਸ ਕਾਲਜ ਦੇ, ਅਤੇ ਮੇਰੇ ਪਿਤਾ ਜੀ ਕਲਾਸ ਫੈਲੋ ਸੀਗੇ ਔਰ ਫਸਟ ਬੈਚ ਦੇ ਇਹ ਸਟੂਡੈਂਟ ਸੀਗੇ। ਤਾਂ ਉਹਨਾਂ ਲੋਕਾਂ ਨੇ ਇੱਥੇ ਫਰੀ ਆਫ ਕੋਸਟ ਜਿਹੜੇ ਬੱਚੇ ਕਈ ਪੜ੍ਹਦੇ ਰਹੇ, ਔਰ ਉਹ ਜਿਹੜਾ ਖਾਣਾ ਵੀ ਉਹਨਾਂ ਨੂੰ ਫਰੀ ਮਿਲਦਾ ਸੀ, ਹੋਸਟਲ ਫੈਸਿਲਿਟੀਜ਼ ਇੱਥੇ ਸੀਗੀਆਂ। ਇਸ ਜੰਗਲ ਲਾਈਕ ਹੁੰਦਾ ਸੀਗਾ, ਸਾਡੇ ਦੇਖਣ ਦੀ ਗੱਲ ਜੰਗਲ ਲਾਈਕ, ਔਰ ਲੋਕਾਂ ਨੇ ਇੰਨੀ ਸੋਚ ਸਾਡੀ ਮੈਨੇਜਮੈਂਟ ਦੀ। ਸਾਹਿਬ ਬਖਤਾਵਰ ਸਿੰਘ ਗਿੱਲ
मई जून के महीने धुप्पे बैठे होंगे सी किकरां की छां थले और नाल दी नाल काम करवाते बड़ी देन है लोगों की ये जो कॉलेज है रूरल ना समझो इन इट्स मोर देन ए यूनिवर्सिटी यू नो